ਗੁਰਦਾਸਪੁਰ ਦੀ ਪੁਲਿਸ ਵੱਲੋਂ ਇੱਕ ਨੌਜਵਾਨ ਦੀ ਪੁਲਿਸ ਦੇ ਉੱਚ ਅਧਿਕਾਰੀ ਨੂੰ ਕੀਤੀ ਸ਼ਿਕਾਇਤ ਦੇ ਆਧਾਰ ਤੇ ਇੱਕ ਏਜੰਟ ਦੇ ਖਿਲਾਫ ਬਾਹਰ ਭੇਜਣ ਦੇ ਨਾਂ ਤੇ 3,15,000 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ। ਦੱਸ ਦੇਈਏ ਏਜੰਟ ਵੱਲੋਂ ਨੌਜਵਾਨ ਔਰਨ ਮਸੀਹ ਨੂੰ ਜਿਹੜਾ ਹੈ ਵਿਦੇਸ਼ ਵਿੱਚ ਵਰਕ ਪਰਮਿਟ ਤੇ ਭੇਜਣ ਅਤੇ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਪੈਸੇ ਲਏ ਗਏ ਸਨ, ਜਦਕਿ ਉਸਨੂੰ ਟੂਰਿਸਟ ਵੀਜ਼ਾ ਤੇ ਵਿਦੇਸ਼ ਭੇਜਿਆ ਗਿਆ ਅਤੇ ਕੰਮ ਮੰਗਣ ਤੇ ਉਸ ਨਾਲ ਮਾਰ ਕੁਟਾਈ ਵੀ ਕੀਤੀ ਗਈ। ਔਰਨ ਮਸੀਹ ਪੁੱਤਰ ਬਲਦੇਵ ਮਸੀਹ ਪਿੰਡ ਲੁਕਮਾਣੀਆਂ ਥਾਣਾ ਕੋਟਲੀ ਸੂਰਤ ਮੱਲੀ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਕੋਲੋਂ ਸੁਨੀਲ ਮਸੀਹ ਪੁੱਤਰ ਅਜੈਕ ਮਸੀਹ ਪਿੰਡ ਰਾਓਵਾਲ ਥਾਣਾ ਕੋਟਲੀ ਸੂਰਤ ਮੱਲੀ ਨੇ ਅਰਮੀਨੀਆ ਭੇਜਣ ਲਈ ਰਕਮ 2,70,000 ਰੁਪਏ ਲਏ ਸੀ ਤੇ ਰਕਮ ਉਸਨੇ ਗੂਗਲ ਪੇ ਰਾਹੀਂ ਸੁਨੀਲ ਮਸੀਹ ਦੇ ਅਕਾਊਂਟ ਵਿੱਚ ਭੇਜੀ ਸੀ, ਜਿਸ ਤੋਂ ਬਾਅਦ ਸੁਨੀਲ ਮਸੀਹ ਨੇ ਉਸਨੂੰ ਨਵੰਬਰ 2023 ਵਿੱਚ ਅਰਮੀਨੀਆ ਵਿੱਚ ਟੂਰਿਸਟ ਵੀਜ਼ਾ ਤੇ ਭੇਜਿਆ ਅਤੇ ਕਿਹਾ ਕਿ ਉੱਥੇ ਜਾ ਕੇ ਤੇਰਾ ਵਰਕ ਪਰਮਿਟ ਲਗਵਾ ਦੇਵਾਂਗੇ, ਪਰ ਉਸਨੇ ਉੱਥੇ ਮੈਨੂੰ ਕੋਈ ਵੀ ਕੰਮ ਨਹੀਂ ਦਵਾਇਆ ਅਤੇ ਨਾ ਹੀ ਮੇਰਾ ਵਰਕ ਪਰਮਿਟ ਲੱਗਿਆ। ਨੌਜਵਾਨ ਔਰਨ ਮਸੀਹ ਨੇ ਦੱਸਿਆ ਹੈ ਕਿ ਕੁਝ ਦਿਨ ਬਾਅਦ ਜਦੋਂ ਕੋਈ ਕੰਮ ਨਹੀਂ ਮਿਲਿਆ ਤਾਂ ਮੈਂ ਉਹਨਾਂ ਨੂੰ ਵਾਪਸ ਭਾਰਤ ਭੇਜਣ ਲਈ ਹੱਥ ਪੈਰ ਜੋੜੇ ਤਾਂ ਉਹਨਾਂ ਨੇ ਧੱਕੇ ਨਾਲ ਮੇਰੇ ਕੋਲ ਲਿਖਵਾਇਆ ਕਿ ਮੈਂ ਆਪਣੀ ਮਰਜ਼ੀ ਨਾਲ ਵਾਪਸ ਜਾ ਰਿਹਾ ਹਾਂ, ਇਸ ਵਿੱਚ ਏਜੰਟ ਦੀ ਕੋਈ ਜ਼ਿੰਮੇਦਾਰੀ ਨਹੀਂ ਹੋਵੇਗੀ। ਫਿਰ ਮੈਂ 45,000 ਘਰੋਂ ਮੰਗਵਾਏ ਅਤੇ ਟਿਕਟ ਕਰਵਾ ਕੇ ਇੰਡੀਆ ਵਿਖੇ ਵਾਪਸ ਆਇਆ। ਇਸ ਤਰ੍ਹਾਂ ਸੁਨੀਲ ਮਸੀਹ ਨੇ ਮੇਰੇ ਨਾਲ ਰਕਮ 3,35,000 ਰੁਪਏ ਦੀ ਠੱਗੀ ਮਾਰੀ ਹੈ। ਮੈਂ ਵਾਪਸ ਆ ਕੇ ਸੁਨੀਲ ਮਸੀਹ ਨੂੰ ਕਿਹਾ ਕਿ ਮੇਰੇ ਪੈਸੇ ਵਾਪਸ ਦੇ ਤਾਂ ਮੈਂ ਉਸਨੇ ਮੈਨੂੰ ਜਿਹੜਾ ਹੈ ਟਾਲਮਟੋਲ ਕਰਨੇ ਸ਼ੁਰੂ ਕਰ ਦਿੱਤੇ। ਫਿਰ ਮੇਰੇ ਜ਼ਿਆਦਾ ਕਹਿਣ 'ਤੇ ਉਸਨੇ ਮੈਨੂੰ ਸਿਰਫ ਰਕਮ 20,000 ਰੁਪਏ ਵਾਪਸ ਕਰ ਦਿੱਤੇ ਅਤੇ ਉਸ ਤੋਂ ਬਾਅਦ ਮੇਰਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ। ਉੱਧਰ ਨੌਜਵਾਨ ਔਰਨ ਮਸੀਹ ਨੇ ਜਿਹੜਾ ਹੈ ਹਰ ਪਾਸਿਓਂ ਨਿਰਾਸ਼ ਹੋ ਕੇ ਬਾਅਦ ਦੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ, ਜਿਸ ਤੋਂ ਬਾਅਦ NRI ਥਾਣਾ ਗੁਰਦਾਸਪੁਰ ਵੱਲੋਂ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਤੋਂ ਬਾਅਦ ਏਜੰਟ ਸੁਨੀਲ ਮਸੀਹ ਦੇ ਖਿਲਾਫ਼ ਧਾਰਾ 406, 420 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਅਰੁਣ ਮਸੀਹ ਹੈ, ਪਿੰਡ ਲੁਕਮਾਨੀ ਜ਼ਿਲ੍ਹਾ ਗੁਰਦਾਸਪੁਰ ਦਾ ਮੈਂ ਰਹਿਣ ਵਾਲਾ ਹਾਂ। ਸਰ ਟਰੈਵਲ ਏਜੰਟ ਹੈ ਸੁਨੀਲ ਮਸੀਹ, ਜਿਹਦਾ ਕਿ ਦਫ਼ਤਰ ਆ ਬਟਾਲੇ, 35 ਨੰਬਰ ਦੁਕਾਨ ਉਹਦੀ ਸਰ, ਧਰਮ ਸਿੰਘ ਮਾਰਕੀਟ। ਸਰ ਉਹਨੇ ਮੇਰੇ ਨਾਲ 2,70,000 ਰੁਪਏ ਦੀ ਠੱਗੀ ਕੀਤੀ ਸੀ। ਉਹਨੇ ਮੈਨੂੰ ਕਿਹਾ ਕਿ ਤੈਨੂੰ ਅਰਮੀਨੀਆ ਕੰਟਰੀ ਭੇਜਾਂਗੇ, ਜਿੱਥੇ ਕਿ 50 ਤੋਂ 60,000 ਰੁਪਏ ਸੈਲਰੀ ਲੱਗੇਗੀ। ਅਤੇ ਸਰ ਜਦੋਂ ਮੈਂ ਉੱਥੇ ਗਿਆ ਅਤੇ ਉੱਥੇ ਮੈਂ ਗਿਆ ਅਤੇ ਇਹਦਾ ਪਾਰਟਨਰ ਗਰੀ ਮਣੀ ਸਰ, ਉਹਨਾਂ ਮੈਨੂੰ ਏਅਰਪੋਰਟ 'ਤੇ ਖੜਿਆ ਅਤੇ ਉੱਥੇ ਆ ਕੇ ਮੈਨੂੰ ਇੱਕ ਹੋਟਲ 'ਚ ਰੱਖਿਆ ਉਹਨਾਂ, ਕਹਿੰਦੇ ਵੀ ਇੱਥੇ ਰਹਿ 2-3 ਦਿਨ ਤੇਰਾ ਦੇਖਦੇ ਹਾਂ। ਅਤੇ ਸਰ ਜਦੋਂ 2-3 ਦਿਨ ਹੋਏ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਸਰ ਮੇਰਾ ਕੁਝ ਕਰੋ, ਮੇਰਾ ਵਰਕ ਪਰਮਿਟ ਲਵਾ ਦਿਉ ਜਾਂ ਕੰਮ ਦਿਉ ਮੈਨੂੰ। ਸਰ ਉਹ ਮੈਨੂੰ ਕਿਹਾ ਰੋਜ਼ ਹੀ ਲਾ ਰਿਹਾ ਪਹਿਲਾਂ ਦੇ ਦਿਨ ਦਵਾਉਂਦੇ, ਅੱਜ ਦਵਾਉਂਦੇ, ਕੱਲ੍ਹ ਦਵਾਉਂਦੇ ਹਾਂ। ਸਰ ਹੱਸਦਾ ਕਿ ਉਹਨਾਂ ਨੂੰ ਮੈਂ ਕਿਹਾ, ਮੈਂ ਭਾਅ ਜੀ ਦੱਸੋ ਮੈਨੂੰ ਗੱਲ ਕੀ ਆ। ਅਤੇ ਸਰ ਜਦੋਂ ਉਹਨਾਂ ਨੂੰ ਪੁੱਛਿਆ, ਕਹਿੰਦੇ ਵੀ ਇੱਥੇ ਕੋਈ ਕੰਮ ਕੁੰਮ ਨਹੀਂ ਹੈਗਾ, ਜੇ ਤੈਨੂੰ ਕੰਮ ਮਿਲਦਾ ਤਾਂ ਕਰ ਲਾ, ਵਰਕ ਪਰਮਿਟ ਤੇਰਾ ਕੋਈ ਨਹੀਂ ਲੱਗਣਾ ਇੱਥੇ ਹੈਗਾ। ਸਰ ਉਹਨਾਂ ਨੂੰ ਬਥੇਰੀ ਰਿਕੁਐਸਟ ਕੀਤੀ ਅਤੇ ਉਹਨਾਂ ਨੂੰ ਹਰਾਸਮੈਂਟ ਸ਼ੁਰੂ ਕਰਨੀ ਕਰ ਦਿੱਤੀ। ਸਰ ਮੈਂ ਤੁਹਾਨੂੰ ਦੱਸਣਾ ਵੀ ਉਹ ਜਿਹੜੇ ਇਹਨੇ ਬੌਂਸਰ ਰੱਖੇ ਉੱਥੇ ਬੌਂਸਰਾਂ ਸਮੇਤ, ਸਰ ਉਹਨਾਂ ਮੈਨੂੰ ਨਾ ਟੋਰਚਰ ਕਰਨਾ ਡੇਲੀ। ਸਰ ਆਖੋ ਤੁਹਾਨੂੰ ਮੈਂ ਦੱਸਣਾ ਜੀ, ਆਖੋ ਸਰ ਇਹ ਏਜੰਟਿਆਂ ਨਾਲ ਬੌਂਸਰ ਰੱਖੇ ਨੇ 2। ਕਿੱਦਾਂ ਟੋਰਚਰ ਕਰਦੇ ਨੇ ਸਰ? ਮਾਰ ਕਟਾਈ ਕਰਨੀ, ਧੱਕੇ ਮਾਰਨੇ, ਠੁੱਡ ਮਾਰਨੇ, ਗਾਲਾਂ ਕੱਢਣੀਆਂ ਸਰ, ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟ ਕਰਨੀ ਉਹਨਾਂ ਡੇਲੀ ਕਰਨੀ। ਅਤੇ ਫਿਰ ਉਹਨਾਂ ਸਰ ਮੇਰੇ ਕੋਲ ਪੈਸੇ ਵੀ ਖੋਏ, 20,000 ਰੁਪਇਆ ਮੇਰੇ ਕੋਲ ਡਾਲਰ ਸੀ, ਕਹਿੰਦੇ ਵੀ $250 $250, ਕਹਿੰਦੇ ਵੀ ਇੰਡੀਆ ਤੋਂ ਲੈ ਕੇ ਆਉਣਾ ਸਰ, ਉਹ ਵੀ ਖੋਲਿਆ ਮੇਰੇ ਕੋਲ, ਮੇਰਾ ਪਾਸਪੋਰਟ ਵੀ ਖੋਲਿਆ, ਕਹਿੰਦੇ ਤੇਰਾ ਵਰਕ ਪਰਮਿਟ ਲੱਗਣਾ, ਕੋਈ ਸਰ ਮੇਰਾ ਵਰਕ ਪਰਮਿਟ ਨਹੀਂ ਲਵਾਇਆ। ਸਰ ਮੈਂ ਡੇਲੀ ਉਹਨਾਂ ਨੇ ਕਹਿਣਾ ਮੇਰਾ ਕੁਝ ਨਾ ਕੁਝ ਕਰੋ। ਕਿੰਨੀ ਦੇਰ ਉੱਥੇ ਰਿਹਾ ਸਰ? ਮੈਂ 15 ਦਿਨ ਰਿਹਾ ਉੱਥੇ, 15 ਦਿਨ ਸਰ ਉਹਨਾਂ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ। ਅਤੇ ਫਿਰ ਸਰ ਉਹ ਮੈਨੂੰ ਕਹਿੰਦੀ ਜੇ ਤੂੰ ਇੰਡੀਆ ਜਾਣਾ ਚਾਹੁੰਦੇ ਚੱਲ ਜਾ,
ਅਤੇ ਕਹਿੰਦੇ ਵੀ ਜੇ ਤੂੰ ਇੰਡੀਆ ਜਾਣਾ ਆ ਤਾਂ ਇੱਥੇ ਲਿਖ ਕੇ ਜਾ ਵੀ ਮੈਂ ਏਜੰਟ ਦੀ ਕੋਈ ਜ਼ਿੰਮੇਵਾਰੀ ਨਹੀਂ, ਮੈਂ ਆਪਣੀ ਜ਼ਿੰਮੇਵਾਰੀ 'ਤੇ ਚੱਲਾਂ। ਸਰ ਫਿਰ ਮੈਂ ਫਸੀ ਨੂੰ ਉੱਥੇ ਲਿਖ ਕੇ ਆਉਣਾ ਪਿਆ, ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟ ਕੀਤੀ ਉਹਨਾਂ ਮੈਨੂੰ। ਪੈਸੇ ਉਹਨਾਂ ਨੇ ਦਿੱਤੇ ਵਾਪਸ ਭੇਜਣ? ਨਹੀਂ ਸਰ, ਮੈਂ ਕੋਲੋਂ ਕਰਵਾਈ 45,000 ਰੁਪਏ ਟਿਕਟ ਕਰਵਾਈ ਕੋਲੋਂ। ਨਾਲੇ ਕਹਿੰਦਾ ਪੈਸੇ ਉਹਨਾਂ ਨੇ ਖੋਲੇ ਸੀ ਪੈਸੇ? ਹਾਂਜੀ ਹਾਂਜੀ ਸਰ, ਉਹਨਾਂ ਪੈਸੇ 20,000 ਰੁਪਏ ਜਿਹੜੇ ਮੈਥੋਂ ਖੜੇ ਇੰਡੀਆ ਜਦੋਂ ਮੈਂ ਗਿਆ ਹਾਂ ਉਹ ਖੋਲੇ ਸੀ ਮੇਰੇ ਨਾਲ ਪੈਸੇ ਅਤੇ ਪਾਸਪੋਰਟ। ਪਾਸਪੋਰਟ? ਹਾਂਜੀ। ਟਿਕਟ ਦੇ ਪੈਸੇ ਕਿੱਦਾਂ? ਟਿਕਟ ਦੇ ਪੈਸੇ ਸਰ ਉਹ ਮੈਂ ਘਰੋਂ ਕਰਵਾਈ ਟਿਕਟ, ਘਰੋਂ ਕਰਵਾ ਕੇ ਫਿਰ ਮੈਂ ਇੰਡੀਆ ਵਾਪਸ ਆਇਆ। ਅਤੇ ਸਰ ਜਦੋਂ ਮੈਂ ਵਾਪਸ ਆਇਆ ਤਾਂ ਮੈਂ ਏਜੰਟ ਨੂੰ ਡੇਲੀ ਫੋਨ ਕਰਨਾ ਵੀ ਯਾਰ ਮੇਰਾ ਕੋਈ ਨਾ ਕੋਈ ਹੱਲ ਦੇ, ਪੈਸੇ ਦੇ ਮੇਰੇ ਜਿੰਨੇ ਤੇਰੇ ਲੱਗੇ ਤੂੰ ਰੱਖ ਲਾ। ਸਰ ਮੈਂ ਰੋਜ਼ ਹੀ ਲਾਰੇ ਲੱਪੇ ਲਾਉਣੇ, ਅੱਜ ਦਿੰਦਾ ਕੱਲ੍ਹ ਦਿੰਦਾ, ਤਾਂ ਸਰ ਕੋਈ ਨਹੀਂ ਨੇ। ਫਿਰ ਸਰ ਮੈਂ ਹਾਰ ਤੱਕ ਫਿਰ ਨਾ ਥਾਣਾ NRI ਵਿੰਗ ਉੱਥੇ ਸਰ ਕੰਪਲੇਂਟ ਕੀਤੀ, ਫਿਰ ਜਿਹੜਾ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਮਾਮਲਾ ਦਰਜ ਹੋ ਗਿਆ? ਜੀ ਜੀ ਹਾਂਜੀ। ਕਿਹੜੀ ਕਿਹੜੀ ਧਾਰਾ ਹੋ ਗਈ? ਧਾਰਾ ਸਰ FIR ਨੰਬਰ 25, IPC 406, 420, ਇਮੀਗ੍ਰੇਸ਼ਨ ਐਕਟ 24। ਸਰ ਇਹਦੀ ਧਾਰਾਵਾਂ ਲੱਗੀਆਂ ਜਿਹੜੀਆਂ। ਕੀ ਮੰਗ ਕਰਦੇ ਹੋ? ਮੰਗ ਸਾਰੇ ਇਹੀ ਕਰਨੇ, ਪ੍ਰਸ਼ਾਸਨ ਇਹੋ ਮੰਗ ਕਰਨੇ ਵੀ ਜਿਹੜਾ ਦੋਸ਼ੀ ਇਹਨੂੰ ਫੜ ਕੇ ਸਗੋਂ ਤੋਂ ਸਗੋਂ ਸਜ਼ਾ ਦਿੱਤੀ ਜਾਵੇ ਅਤੇ ਮੈਨੂੰ ਇਨਸਾਫ ਦਵਾਇਆ ਜਾਵੇ, ਤਾਂ ਕਿ ਹੋਰ ਵੀ ਕਿਸੇ ਨਾਲ ਇਹ ਠੱਗੀ ਨਾ ਵੱਜ ਸਕੇ। ਜਿਹੜੇ ਨੌਜਵਾਨ ਬਾਹਰ ਦੌੜਨ ਦੀ ਕਰਦੇ ਆ, ਏਜੰਟ ਨੂੰ ਵੈਰੀਫਾਈ ਨਹੀਂ ਕਰਦੇ, ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਜੀ ਜੀ ਹਾਂਜੀ ਸਰ, ਮੈਂ ਕਹਿਣਾ ਚਾਹੁੰਦਾ ਵੀ ਇਹ ਮੇਰੇ ਤੋਂ ਸਿੱਖ ਲੈਣ ਵੀ ਜਿਹੜੇ ਵੀ ਕੰਟਰੀ ਜਾਣਾ ਪਹਿਲਾਂ ਚੰਗੀ ਤਰ੍ਹਾਂ ਵੈਰੀਫਾਈ ਕਰ ਲਓ, ਏਜੰਟ ਦਾ ਪਤਾ ਕਰੋ ਉਹਦਾ ਕੀ ਪਿਛੋਕੜ ਆ, ਕਿੱਦਾਂ ਦਾ ਬੰਦਾ, ਉਹ ਚੰਗੀ ਤਰ੍ਹਾਂ ਵੈਰੀਫਾਈ ਕਰਨਾ ਚਾਹੀਦਾ ਉਹਨਾਂ ਨੂੰ।